ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਇਸ ਵੀਡੀਓ ਦੇ ਵਿੱਚ ਆਪਣਾ ਚਰਚਾ ਦਾ ਵਿਸ਼ਾ ਹੈ ਇਕਨੋਮਿਕਸ ਆਫ ਪੈਸਟੀਸਾਈਡਸ ਐਂਡ ਇਨਸੈਕਟੀਸਾਈਡਸ, ਵੀ ਜਿਹੜੇ ਆਪਾਂ ਕੀਟਨਾਸ਼ਕ ਪਾਉਂਦੇ ਹਾਂ ਉਸ ਦਾ ਆਰਥਿਕ ਪੱਖ, ਕਿੰਨੇ ਖੇਤਰ ਜਾਂ ਕਿੰਨੀਆਂ ਸ਼ਾਖਾਵਾਂ ਦੇ ਨਸ਼ਟ ਹੋਣ ਅਤੇ ਕਿੰਨੀ ਬਿਮਾਰੀ ਪੈਣ ਅਤੇ ਕਿੰਨਾ ਨੁਕਸਾਨ ਹੁੰਦਾ, ਅਤੇ ਜੇ ਆਪਾਂ ਸਪਰੇ ਕਰਦੇ ਹਾਂ ਅਤੇ ਉਹ ਸਪਰੇ ਨਾਲੋਂ ਕਿੰਨਾ ਵੱਧ ਨੁਕਸਾਨ, ਜਾਂ ਸਾਡਾ ETL ਲੈਵਲ, ਇਕੋਨਮਿਕ ਥ੍ਰੈਸ਼ਹੋਲਡ ਲੈਵਲ, ਬਈ ਕਦੋਂ ਸਪਰੇ ਕਰਨੀ ਚਾਹੀਦੀ ਹੈ, ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਦੇ ਉੱਪਰ ਚਰਚਾ ਕਰਾਂਗੇ। ਤਾਂ ਆਹ ਥੋੜ੍ਹੀ ਜਿਹੀ ਆਪਾਂ ਗਣਨਾ ਕਰੀਏ, ਜਿਸ ਦੇ ਵਿੱਚ ਆਪਾਂ 38 ਕੁਇੰਟਲ ਮੰਨ ਲਓ ਵੀ ਚੌਲ ਜਾਂ ਜੀਰੀ ਜਾਂ ਝੋਨਾ ਆਪਣੇ ਇੱਕ ਏਕੜ ਦੇ ਵਿੱਚ ਹੁੰਦਾ, ਜਾਂ 95 ਮਣ ਦੇ ਹਿਸਾਬ ਨਾਲ ਆਪਾਂ ਲਾ ਲਈਏ, ਤਾਂ 4446 ਮੀਟਰ ਖੇਤਰਫਲ ਇੱਕ ਏਕੜ ਦਾ ਹੁੰਦਾ, ਜਾਣੀ ਕਿ 4046 ਮੀਟਰ ਦੇ ਵਿੱਚ 3800 ਕਿਲੋ ਚੌਲ ਉਗਦੇ ਨੇ ਆਪਾਂ ਜੇ ਔਸਤ ਰੱਖ ਲਈਏ। ਤਾਂ ਹੁਣ ਇੱਕ ਮੀਟਰ ਦੀ ਗੱਲ ਕਰੀਏ ਤਾਂ 33 ਬੂਟਿਆਂ ਦੀ PR 126 ਦੀ ਸਿਫਾਰਿਸ਼ ਹੈ, ਪਰ ਆਪਣੇ ਇੱਕ ਮੀਟਰ ਦੇ ਵਿੱਚ ਲਗਭਗ 25 ਬੂਟੇ ਆਪਾਂ ਮੰਨ ਕੇ ਚੱਲਦੇ ਹਾਂ ਵੀ 25 ਬੂਟੇ ਇੱਕ ਮੀਟਰ ਦੇ ਵਿੱਚ ਪਾਏ ਜਾਂਦੇ ਨੇ। ਤਾਂ ਅੱਗੇ ਇੱਕ ਬੂਟੇ ਦੀਆਂ ਆਪਣੇ 20 ਸ਼ਾਖਾਵਾਂ ਲਗਭਗ ਹੁੰਦੀਆਂ ਨੇ, ਤਾਂ 25 ਬੂਟੇ ਜਾਣੀ ਕਿ ਇੱਕ ਮੀਟਰ ਦੇ ਵਿੱਚ ਆਪਣੇ ਕੋਲ 500 ਸ਼ਾਖਾ, ਜਾਣੀ ਕਿ 500 ਟਿੱਲਰ ਪਰ ਮੀਟਰ ਸਕੇਅਰ, ਤਾਂ ਪੂਰੇ ਕਿੱਲੇ ਦੇ ਵਿੱਚ ਆਪਣੇ ਕੋਲ ਹੋ ਗਈਆਂ 4046 ਗੁਣਾ 500, 20,23,000 ਸ਼ਾਖਾਵਾਂ ਇੱਕ ਏਕੜ ਦੇ ਵਿੱਚ। ਹੁਣ ਇੱਕ ਬੱਲੀ ਜਾਂ ਇੱਕ ਮੁੰਜਰ ਦੇ ਵਜ਼ਨ ਦੀ ਗੱਲ ਕਰੀਏ ਤਾਂ 38 ਕੁਇੰਟਲ ਨੂੰ ਆਪਾਂ ਵੰਡ ਲਾਂਗੇ 20,23,000 ਸ਼ਾਖਾਵਾਂ ਦੇ ਨਾਲ, ਜਾਂ ਐਂ ਕਹਿ ਲਈਏ ਵੀ 38 ਲੱਖ ਗ੍ਰਾਮ ਨੂੰ ਆਪਾਂ 20,23,000 ਟਿੱਲਰ ਜਾਂ ਸ਼ਾਖਾ ਦੇ ਨਾਲ ਵੰਡਿਆ, ਤਾਂ ਸਾਡੇ ਕੋਲ 1.87 ਗ੍ਰਾਮ ਦੀ ਇੱਕ ਮੁੰਜਰ ਜਾਂ ਬੱਲੀ, ਜਾਂ ਇਹਨੂੰ ਲਗਭਗ ਆਪਾਂ 2 ਗ੍ਰਾਮ ਵੀ ਮੰਨ ਸਕਦੇ ਹਾਂ। ਤਾਂ ਹੁਣ ਆਪਾਂ ਜੇ ਇੱਕ ਮੋਟਾ ਜਿਹਾ ਹਿਸਾਬ ਵੀ ਲਾਈਏ ਵੀ ਮੰਨ ਲਓ 100 ਬੱਲੀ ਸਟੈਮ ਬੋਰਰ ਜਾਂ ਤਣਾ ਛੇਦਕ ਜਾਂ ਗੋਬ ਕਾਟ ਨੇ ਕੱਟਤੀ, ਤਾਂ ਇਹ ਆਪਣਾ 200 ਗ੍ਰਾਮ ਬਣਦਾ, ਵੀ ਜਾਣੀ ਕਿ 200 ਗ੍ਰਾਮ ਝੋਨੇ ਦਾ ਆਪਣੇ ਨਾਲ ਨੁਕਸਾਨ ਹੋਇਆ। 1000 ਮੁੰਜਰ ਕੱਟੇ ਜਾਣ 'ਤੇ 2 ਕਿਲੋ ਦਾ ਨੁਕਸਾਨ ਹੋਇਆ, ਅਤੇ 10000 ਮੁੰਜਰ ਕੱਟੇ ਜਾਣ 'ਤੇ 20 ਕਿਲੋ ਦਾ ਨੁਕਸਾਨ ਹੋਇਆ। ਅਤੇ ਉੱਧਰੋਂ ਜਿਹੜੀ ਆਪਾਂ ਦਵਾਈ ਪਾਉਂਦੇ ਹਾਂ ਜਾਂ ਕੀਟਨਾਸ਼ਕ ਪਾਉਂਦੇ ਹਾਂ ਉਹ ਆਪਾਂ 600-700 ਦੀ ਇੱਕ ਵਾਰ 'ਚ ਪਾ ਦਿੰਦੇ ਹਾਂ, ਪਦਾਨ ਆਪਾਂ ਲਗਭਗ ਜੇ 100 ਰੁਪਏ ਕਿਲੋ ਵੀ ਲਾਈਏ ਤਾਂ 750 ਦੀ ਇੱਕ ਵਾਰ 'ਚ ਪਾ ਦਿੰਦੇ ਹਾਂ। ਤਾਂ ਇਸ ਕਰਕੇ ਇਹ ਗੱਲ ਕਲੀਅਰ ਕਰਨ ਦਾ ਮਕਸਦ ਇੱਕੋ ਹੀ ਸੀ ਬਈ ਨੁਕਸਾਨ ETL ਬਾਰੇ ਅੰਦਾਜ਼ਾ ਸਾਨੂੰ ਆਪਦੇ ਆਪ ਹੀ ਹੋ ਜਾਵੇ। ਅਤੇ ਪਹਿਲਾਂ ਦਵਾਈ ਪਾਉਣ ਦਾ ਮਤਲਬ ਪੈਸੇ ਖਰਾਬ ਕਰਨਾ, ਵੀ ਜੇ ਆਪਣੇ ਖੇਤ 'ਚ ਕੋਈ ਬਿਮਾਰੀ ਉਹ ਹੈ ਨਹੀਂ, ਆਪਾਂ ਭੁਮੱਕੜ ਆਪਣੇ ਖੇਤ ਦੇ ਵਿੱਚ ਫਿਰਦੇ ਨਹੀਂ ਦੇਖੇ, ਆਪਾਂ ਆਪਣੇ ਖੇਤ ਦੇ ਵਿੱਚ ਮਿੱਤਰ ਕੀੜੇ ਨਹੀਂ ਦੇਖੇ, ਆਪਾਂ ਆਪਣੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਵੜ ਕੇ ਨਹੀਂ ਦੇਖਿਆ ਬਈ ਵਿੱਚੋਂ ਹਾਲਾਤ ਕਿਵੇਂ ਦੇ ਨੇ, ਅਤੇ ਅਸੀਂ ਅੰਨੇ ਵਾਹ ਜਿਹੜੀਆਂ ਪੈਸਟੀਸਾਈਡਸ ਜਾਂ ਕੀਟਨਾਸ਼ਕ ਜਾਂ ਹੋਰ ਦਵਾਈਆਂ ਪਾਈ ਜਾਂਦੇ ਹਾਂ, ਤਾਂ ਉਹਨਾਂ ਦਾ ਕੋਈ ਮਤਲਬ ਮੈਨੂੰ ਲੱਗਦਾ ਨਹੀਂ ਰਹਿ ਜਾਂਦਾ, ਸਿਰਫ ਅਤੇ ਸਿਰਫ ਇੱਕ ਪੈਸੇ ਖਰਾਬ ਕਰਨ ਦਾ। ਅਤੇ ਇਸ ਦੇ ਨਾਲ ਹੀ ਜਿਹੜੀਆਂ ਕੰਪਨੀਆਂ ਦੇ ਟਾਰਗੇਟ ਨੇ ਵੀ ਇਸ ਵਾਰੀ ਇੰਨੀ ਦਵਾਈ ਵਿਕਣੀ ਚਾਹੀਦੀ ਹੈ, ਉਹ ਪੂਰੇ ਕਰਨ 'ਚ ਅਸੀਂ ਕੰਪਨੀਆਂ ਦੀ ਪੂਰੀ ਮਦਦ ਕਰਦੇ ਹਾਂ। ਆਹ ਆਪਣੇ ਖੇਤ ਦੇ ਵਿੱਚ ਵੀ ਹੁਣ ਜਿਵੇਂ 2 ਕਬੂਜਿਆਂ ਦੇ ਵਿੱਚ ਗੋਬ ਕਾਟ ਪਿਆ ਹੋਇਆ, ਅਤੇ ਜੇ ਮੈਂ ਇਹਨੂੰ ਦੇਖ ਕੇ ਹੁਣ ਪਦਾਨ ਸਿੱਟਦਾ ਜਾਂ ਸਪਰੇ ਕਰਦਾ ਤਾਂ ਇਹ ਕੋਈ ਚੰਗੀ ਗੱਲ ਨਹੀਂ, ਬਾਕੀ ਸਾਰੇ ਖੇਤਰੇ ਹਾਲਾਤ
ਵਿਚਲੀ ਦੋ ਚਾਰ ਗੇੜੇ ਕੱਢ ਕੇ ਦੇਖ ਲੈਣੇ ਚਾਹੀਦੇ ਨੇ ਅਤੇ ਉਸ ਤੋਂ ਬਾਅਦ ਹੀ ਫੈਸਲਾ ਲੈਣਾ ਚਾਹੀਦਾ। ਬਾਕੀ ਕੋਸ਼ਿਸ਼ ਕਰੋ ਕੀਟਨਾਸ਼ਕ ਇੱਕ ਵਾਰੀ ਪਾ ਕੇ ਸਰ ਜਾਵੇ, ਦੂਰੀ ਵਾਰ 30 ਵਾਰ ਨਾ ਪਾਓ, ਕਿਉਂਕਿ ਇਹਦੇ ਨਾਲ ਮਨੁੱਖੀ ਸਿਹਤ ਅਤੇ ਹੋਰ ਬਹੁਤ ਚੀਜ਼ਾਂ ਨਾਲ ਖਿਲਵਾੜ ਹੋ ਰਿਹਾ। ਵੀਡੀਓ 'ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।